ਪੰਜਾਬ ਦੇ ਵਿੱਚ ਪਟਵਾਰੀਆਂ ਤੇ ਕਾਨੂੰਗੋਆਂ ਦੀ ਚੱਲ ਰਹੀ ਹੜਤਾਲ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂ ਫੈਸਲਾ ਲੈਂਦਿਆਂ 586 ਅਸਾਮੀਆਂ ਭਰਨ ਦਾ ਐਲਾਨ ਕਰ ਦਿੱਤਾ ਹੈ ਸਿਖਲਾਈ ਲੈ ਰਹੇ 741 ਨਵੇਂ ਪਟਵਾਰੀ ਵੀ ਤਾਇਨਾਤ ਕੀਤੇ ਜਾਣਗੇ 710 ਪਟਵਾਰੀਆਂ ਨੂੰ ਛੇਤੀ ਨਿਯੁਕਤੀ ਪੱਤਰ ਦਿੱਤੇ ਜਾਣਗੇ ਤੇ ਹੁਣ ਪਟਵਾਰੀਆਂ ਦੀ ਹਾਜ਼ਰੀ ਬਾਇਓਮੈਟ੍ਰਿਕ ਰਾਹੀਂ ਲੱਗੇਗੀ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਪਰੇਸ਼ਾਨ ਨਹੀਂ ਹੋਣ ਦੇਵਾਂਗੇ ਦੂਸਰੇ ਪਾਸੇ ਰੈਵੈਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਸਾ ਨੇ ਮੁੱਖ ਮੰਤਰੀ ਦੇ ਵੱਲੋਂ ਅਸਾਮੀਆਂ ਭਰਨ ਦਾ ਐਲਾਨ ਕੀਤੇ ਜਾਣ ਤੇ ਧੰਨਵਾਦ ਕੀਤਾ ਜਿਸ ਦੀ ਪਟਵਾਰੀ ਮੰਗ ਵੀ ਕਰ ਰਹੇ ਸਨ ਪਰ ਕਹਿੰਦੇ ਮੁੱਖ ਮੰਤਰੀ ਨੇ ਸਪਸ਼ਟ ਨਹੀਂ ਕੀਤਾ ਕਿ ਪਟਵਾਰੀਆਂ ਨੂੰ 15 ਮਹੀਨੇ ਦੇ ਸਿਖਲਾਈ ਦੌਰਾਨ ਤਨਖਾਹ 5000 ਰੁਪਏ ਮਹੀਨਾ ਦਿੱਤੀ ਜਾਊਗੀ ਜਾਂ ਫਿਰ ਪੂਰੀ ਉਨਾਂ ਦੱਸਿਆ ਕਿ ਪਟਵਾਰੀਆਂ ਦੀਆਂ ਪੰਜਾਬ ਦੇ ਵਿੱਚ 4716 ਅਸਾਮੀਆਂ ਨੇ ਜਦਕਿ ਪਟਵਾਰੀ 1593 ਨੇ ਯਾਨੀ ਕਿ ਤਿੱਗਣਾ ਕੰਮ ਹੈ ਜਿਹੜਾ ਇੱਕ ਪਟਵਾਰੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਅਫਸਰ ਸ਼ਾਹੀ ਮੁੱਖ ਮੰਤਰੀ ਨੂੰ ਗੁੰਮਰਾਹ ਕਰ ਰਹੀ ਹੈ। ਪਟਵਾਰੀਆਂ ਦਾ ਸਾਰਾ ਕੰਮ ਆਨਲਾਈਨ ਕੀਤਾ ਜਾ ਰਿਹਾ ਹੈ ਇਸ ਲਈ ਸਾਰੇ ਪਟਵਾਰੀਆਂ ਕੋਲ ਲੈਪਟਾਪ ਤੇ ਬਾਇਓਮੈਟ੍ਰਿਕ ਵੀ ਹਨ। ਉਹਨਾਂ ਮੰਗ ਕੀਤੀ ਕਿ ਪਟਵਾਰੀਆਂ ਦੀਆਂ ਅਸਾਮੀਆਂ 7500 ਹੋਣੀਆਂ ਚਾਹੀਦੀਆਂ ਨੇ ਤੇ ਜਦੋਂ ਤੱਕ ਸੂਬਾ ਸਰਕਾਰ ਯੂਨੀਅਨ ਦੀ ਮੰਗਾਂ ਨਹੀਂ ਮੰਨਦੀ ਉਹਨਾਂ ਦੀ ਹੜਤਾਲ ਜਾਰੀ ਰਹੇਗੀ। ਦਰਅਸਲ ਪਟਵਾਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੂਬੇ ਦੇ ਵਿੱਚ ਐਸਮਾ ਲਾਏ ਜਾਣ ਦੇ ਬਾਵਜੂਦ ਕਲਮ ਛੱਡੋ ਹੜਤਾਲ ਕੀਤੀ ਹੋਈ ਹੈ। ਜਿਸ ਤਹਿਤ ਉਹਨਾਂ ਨੇ ਵਾਧੂ ਸਰਕਲਾਂ ਦਾ ਚਾਰਜ ਤਾਂ ਛੱਡ ਦਿੱਤਾ ਹੈ ਯਾਨੀ ਕਿ ਇੱਕ ਪਟਵਾਰੀ ਤੋਂ ਜਿਹੜਾ 3-3 4-4 ਪਟਵਾਰੀਆਂ ਦਾ ਕੰਮ ਲਿਆ ਜਾ ਰਿਹਾ ਸੀ ਉਹ ਉਹਨਾਂ ਨੇ ਛੱਡ ਦਿੱਤਾ ਸਿਰਫ ਆਪਣੇ ਸਰਕਲ ਦੇ ਵਿੱਚੋਂ ਕੰਮ ਕਰ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਫੇਰੀ ਮੌਕੇ ਕੱਲ ਫਰੀਦਕੋਟ ਦੇ ਵਿੱਚ ਅਕਾਲੀ ਲੀਡਰਾਂ ਨੇ ਮਜ਼ਦੂਰਾਂ ਦੀ ਕਟਮਾਰ ਕੀਤੀ ਦਰਅਸਲ ਸੁਖਬੀਰ ਬਾਦਲ ਦੀ ਕੱਲ ਫਰੀਦਕੋਟ ਅਦਾਲਤ ਵਿੱਚ ਪੇਸ਼ੀ ਸੀ ਇਸ ਦਰਮਿਆਨ ਉਹਨਾਂ ਨੇ ਪਿੰਡ ਦੀਪ ਸਿੰਘ ਵਾਲਾ ਵੀ ਜਾਣਾ ਸੀ ਤੇ ਜਦੋਂ ਸੁਖਬੀਰ ਸਿੰਘ ਬਾਦਲ ਫਰੀਦਕੋਟ ਪੇਸ਼ੀ ਭੁਗਤਣ ਪਹੁੰਚੇ ਸੀ ਤਾਂ ਨੌਜਵਾਨ ਭਾਰਤ ਦੇ ਆਗੂ ਨਿਹਾਲ ਸਿੰਘ ਤੇ ਨਗਿੰਦਰ ਸਿੰਘ ਵੀ ਆਪਣੇ ਕੇਸ ਦੀ ਤਰੀਕ ਭੁਗਤਣ ਦੇ ਲਈ ਇੱਥੇ ਪਹੁੰਚੇ ਹੋਏ ਸੀ ਤੇ ਸੁਖਬੀਰ ਸਿੰਘ ਬਾਦਲ ਦੀ ਅਮਨ ਨੂੰ ਦੇਖਦਿਆਂ ਡੀਐਸਪੀ ਆਸਵੰਤ ਸਿੰਘ ਨੇ ਬਿਨਾਂ ਕਿਸੇ ਕਾਰਨ ਨਿਹਾਲ ਸਿੰਘ ਤੇ ਨਗਿੰਦਰ ਸਿੰਘ ਨੂੰ ਅਦਾਲਤ ਦੇ ਸਾਹਮਣੇ ਚੁੱਕ ਲਿਆ ਤੇ ਸਿਟੀ ਥਾਣਾ ਫਰੀਦਕੋਟ ਲੈ ਗਏ ਇਸ ਦੇ ਰੋਸ ਵਿੱਚੋਂ ਪਿੰਡ ਦੀਪ ਸਿੰਘ ਵਾਲਾ ਗਏ ਸੁਖਬੀਰ ਬਾਦਲ ਖਿਲਾਫ ਪਿੰਡੂ ਮ ਉਹ ਨੌਜਵਾਨਾਂ ਨੇ ਨਾਰੀਬਾਜ਼ੀ ਕੀਤੀ ਮੌਕੇ ਤੇ ਮੌਜੂਦ ਗੁੱਸੇ ਚਾਏ ਅਕਾਲੀ ਲੀਟਰਾਂ ਨੇ ਨੌਜਵਾਨ ਮਜ਼ਦੂਰ ਲੀਟਰਾਂ ਨੂੰ ਪਹਜਾਪ ਜਾ ਕੇ ਕੁੱਟਿਆ ਪੁਲਿਸ ਫੋਰਸ ਮੌਕੇ ਤੇ ਮੌਜੂਦ ਸੀ ਪਰ ਪੁਲਿਸ ਨੇ ਇਹਨਾਂ ਮਜ਼ਦੂਰਾਂ ਨੂੰ ਅਕਾਲੀ ਆਗੂਆਂ ਤੋਂ ਛੁਡਵਾਇਆ ਹੀ ਨਹੀਂ ਇਸ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਨੌਜਵਾਨ ਲੀਡਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਜ਼ਖਮੀ ਮਜ਼ਦੂਰਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਚ ਦਾਖਲ ਕਰਵਾਇਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਜਦਕਿ ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਨੌਜਵਾਨਾਂ ਦੇ ਕੋਈ ਖਾਸ ਸੱਟਾਂ ਨਹੀਂ ਵਜੀਆਂ ਪੁਲਿਸ ਨੇ ਸਾਰੀ ਸਥਿਤੀ ਨੂੰ ਸੰਭਲਿਆ ਸੀ ਤਰਨਤਾਰਨ ਤੋਂ ਖਬਰ ਹੈ ਜਿੱਥੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਨੂੰ ਇਲਾਕੇ ਦੇ ਪਿੰਡ ਗੋਲਵੜ ਦੇ ਵਿੱਚ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਹਾਲਾਤ ਅਜਿਹੇ ਬਣ ਗਏ ਕਿ ਉਹਨਾਂ ਨੂੰ ਆਪਣੀ ਗੱਡੀ ਮੌਕੇ ਤੇ ਛੱਡ ਕੇ ਜਾਣਾ ਪ ਵਿਧਾਇਕ ਸੋਲ ਪਿੰਡ ਦੇ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਗਏ ਸੀ ਉਹਨਾਂ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਮਨਜਿੰਦਰ ਸਿੰਘ ਗੋਲਵੜ ਦੀ ਅਗਵਾਈ ਵਿੱਚ ਕਿਸਾਨਾਂ ਨੇ ਘੇਰ ਕੇ ਸਵਾਲ ਕੀਤੇ ਵਿਧਾਇਕ ਨੇ ਜਦੋਂ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕੀਤਾ ਤਾਂ ਰੋਹ ਚਾਹੇ ਕਿਸਾਨਾਂ ਨੇ ਵਿਧਾਇਕ ਦੀ ਗੱਡੀ ਨੂੰ ਹੀ ਰੋਕ ਲਿਆ ਜਿਸ ਤੋਂ ਬਾਅਦ ਪੁਲਿਸ ਫੋਰਸ ਨੇ ਵਿਧਾਇਕ ਨੂੰ ਕਿਸੇ ਪ੍ਰਾਈਵੇਟ ਗੱਡੀ 'ਚ ਬਿਠਾ ਕੇ ਬਾਹਰ ਕੱਢਿਆ ਪੁਲਿਸ ਨੇ ਬਾਅਦ ਵਿੱਚ ਵਿਧਾਇਕ ਦੀ ਗੱਡੀ ਉਥੋਂ ਲਿਆਂਦੀ ਤੇ ਵਿਧਾਇਕ ਨੂੰ ਸੌਂਪ ਦਿੱਤੀ ਹਰਿਆਣਾ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਗੁਰਦੁ ਉਪਦੇ ਸਾਰੇ ਪੇਂਡੂ ਇਲਾਕਿਆਂ ਵਿੱਚ ਪਟਵਾਰੀਆਂ ਤੇ ਸ਼ਹਿਰੀ ਖੇਤਰਾਂ ਵਿੱਚ ਮਿਊਸਪਲ ਕਮੇਟੀ ਕਾਉਂਸਲ ਕਾਰਪੋਰੇਸ਼ਨਾਂ ਦੇ ਸਕੱਤਰਾਂ ਕੋਲ ਮੁਫਤ ਰਜਿਸਟ੍ਰੇਸ਼ਨ ਲਈ ਫਾਰਮ ਭੇਜ ਕੇ ਐਚਐਸਜੀਐਮਸੀ ਚੋਣਾਂ ਦੇ ਲਈ ਵੋਟਾਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਹਰਿਆਣਾ ਦੇ ਸਾਰੇ ਸਿੱਖ 30 ਸਤੰਬਰ ਤੱਕ ਵੋਟ ਦੇ ਲਈ ਅਪਲਾਈ ਕਰ ਸਕਦੇ ਨੇ 30 ਸਤੰਬਰ ਤੋਂ ਬਾਅਦ ਸੋਧਦੀ ਹੋਈ ਵੋਟਰ ਸੂਚੀ ਜਾਰੀ ਕੀਤੀ ਜਾਊਗੀ ਤੇ ਸੂਚੀ ਜਾਰੀ ਹੋਣ ਤੋਂ ਬਾਅਦ ਹੀ ਚੋਣ ਪ੍ਰੋਗਰਾਮ ਐਲਾਨਿਆ ਜਾਊਗਾ ਇੱਕ ਵੈਬਸਾਈਟ ਵੀ ਜਾਰੀ ਕੀਤੀ ਗਈ ਹੈ ਗੁਰਦੁਆਰਾ ਇਲੈਕਸ਼ਨਜ਼ ਐਚਆਰਵਾਈ.ਇਨ ਕਰਕੇ ਜਿੱਥੇ ਗੁਰਦੁਆਰਾ ਚੋਣਾ ਸੰਬੰਧੀ ਹਰੇਕ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਹਰਿਆਣਾ ਦੇ ਵਿੱਚ ਸਭ ਤੋਂ ਵੱਧ ਸਿੱਖਾਂ ਦੀ ਵਸੋਂ सिरसा ਜ਼ਿਲ੍ਹੇ ਦੇ ਵਿੱਚ ਹੈ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪਰਸੋਂ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਦੇਸ਼ ਦੇ ਕੁੱਲ 75 ਅਧਿਆਪਕਾਂ ਨੂੰ ਸਨਮਾਨਿਤ ਕਰਨਗੇ ਜਿਨ੍ਹਾਂ ਵਿੱਚੋਂ ਤਿੰਨ ਅਧਿਆਪਕ ਪੰਜਾਬ ਤੋਂ ਚੁਣੇ ਗਏ ਨੇ ਪੰਜਾਬ ਦੇ ਜਿਹੜੇ ਅਧਿਆਪਕ ਨੇ ਲੁਧਿਆਣਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਪਾਰ ਪਖੋਵਾਲ ਦੇ ਅਮਰਿਤਪਾਲ ਸਿੰਘ ਲੁਧਿਆਣਾ ਦੇ ਹੀ ਸਤਪਾਲ ਮਿੱਤਲ ਸਕੂਲ ਦੇ ਭੁਪਿੰਦਰ ਗੋਗਿਆ ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਮਠੰਡਾ ਦੇ ਪ੍ਰੋਫੈਸਰ ਡਾਕਟਰ ਆਸ਼ੀਸ਼ ਬਾਲਦੀ ਨੇ ਚੰਡੀਗੜ੍ਹ ਦੇ ਸੈਕਟਰ 49D ਦੇ ਸਰਕਾਰੀ ਮਾਡਲ ਹਾਈ ਸਕੂਲ ਦੇ ਅਧਿਆਪਕ ਸੰਜੀ ਕੁਮਾਰ ਦੀ ਵੀ ਇਸ ਪੁਰਸਕਾਰ ਦੇ ਲਈ ਚੋਣ ਹੋਈ ਹੈ ਸਾਰੇ ਅਧਿਆਪਕਾਂ ਨੂੰ ਸਨਮਾਨਿਤ ਕਰਦੇ ਆ ਮੈਰਿਟ ਦਾ ਸਰਟੀਫਿਕੇਟ 50000 ਰੁਪਏ ਨਕਦ ਅਤੇ ਇੱਕ ਚਾਂਦੀ ਦਾ ਤਗਮਾ ਮਿਲੇਗਾ ਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲਣ ਦਾ ਮੌਕਾ ਵੀ ਮਿਲੇਗਾ ਇਸੇ ਤਰ੍ਹਾਂ ਪੰਜਾਬ ਦੇ ਦੋ ਸਰਕਾਰੀ ਅਧਿਆਪਕਾਂ ਦੀ ਚੋਣ ਵਿਸ਼ਵ ਪ੍ਰਸਿੱਧ FTIE ਪੁਰਸਕਾਰ ਦੇ ਲਈ ਵੀ ਹੋਈ ਹੈ ਯਾਨਕਿ ਫੁੱਲ ਬ੍ਰਾਈਟ ਟੀਚਿੰਗ ਐਕਸਲੈਂਸ ਐਂਡ ਅਚੀਵਮੈਂਟ ਇਨਾਂ ਦੇ ਵਿੱਚੋਂ ਵੀ ਇੱਕ ਅਧਿਆਪਕ ਲੁਧਿਆਣਾ ਤੋਂ ਹੀ ਨੇ ਸਰਕਾਰੀ ਹਾਈ ਸਕੂਲ ਆਂਡਲੂ ਦੇ ਵਿੱਚ ਬਤੌਰ ਅੰਗਰੇਜ਼ੀ ਅਧਿਆਪਕ ਵਜੋਂ ਸੇਵਾਵਾਂ ਦੇ ਰਹੇ ਅਮਨਦੀਪ ਸਿੰਘ ਅਤੇ ਸਰਕਾਰੀ ਸਕੂਲ ਅਜਨਾਲਾ ਦੇ ਬਾਇਓਲੋਜੀ ਦੇ ਲੈਕਚਰਾਰ ਦਿਨੇਸ਼ ਕੁਮਾਰ ਦੀ 2024 ਦੇ ਐਫਟੀਈਏ ਦੀ ਲਈ ਚੋਣ ਹੋਈ ਹੈ। ਇਹਨਾਂ ਨੂੰ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਬਤੌਰ ਅਧਿਆਪਕ ਸਿਖਲਾਈ ਲੈਣ ਦੇ ਲਈ 6 ਹਫ਼ਤੇ ਦੀ ਸਕਾਲਰਸ਼ਿਪ ਮਿਲੀ ਹੈ ਤੇ ਪੂਰੇ ਭਾਰਤ ਵਿੱਚੋਂ ਸਿਰਫ 7 ਅਧਿਆਪਕਾਂ ਦੀ ਪੁਰਸਕਾਰ ਦੇ ਲਈ ਚੋਣ ਹੋਈ ਹੈ ਜਿਦੇ ਵਿੱਚੋਂ 2 ਪੰਜਾਬ ਦੇ ਹਨ। ਹਰ ਸਾਲੇ ਪੁਰਸਕਾਰ ਪ੍ਰਾਪਤ ਕਰਨ ਦੇ ਲਈ ਵਿਸ਼ਵ ਭਰ ਤੋਂ ਹਜ਼ਾਰਾਂ ਅਧਿਆਪਕ ਆਪਣੇ ਰਜਿਸਟ੍ਰੇਸ਼ਨ ਕਰਵਾਉਂਦੇ ਨੇ ਜਿਨ੍ਹਾਂ ਵਿੱਚੋਂ ਸਿਰਫ 165 ਅਧਿਆਪਕ ਹੀ ਚੁਣੇ ਜਾਂਦੇ ਨੇ ਤੇ ਪੰਜਾਬ ਦੀ ਇੱਕ ਹੋਰ ਤਸਵੀਰ ਵੀ ਤੁਹਾਨੂੰ ਦਿਖਾ ਦਿੰਨੇ ਹਾਂ ਜਿੱਥੇ ਅਧਿਆਪਕ ਲਗਾਤਾਰ ਚਾਹੇ ਕੋਈ ਵੀ ਸਰਕਾਰ ਹੋਵੇ ਵੱਖ-ਵੱਖ ਵਰਗਾਂ ਦੇ ਅਧਿਆਪਕ ਹੜਤਾਲ ਤੇ ਬੈਠੇ ਰਹਿੰਦੇ ਨੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਖਬਰਾਂ ਜਿੱਥੇ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਫਰੰਟ ਪੰਜਾਬ ਦੇ ਮੈਂਬਰਾਂ ਨੇ ਕੱਲ ਤੀਜੇ ਦਿਨ ਵੀ ਨੌਕਰੀ ਤੇ ਜੁਆਇਨ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਨੇੜੇ ਆਪਣਾ ਦਰਨਾ ਜਾਰੀ ਰੱਖਿਆ ਤੇ ਅੱਜ ਵੀ ਜਾਰੀ ਹੈ ਕੱਲੇ ਨਾ ਅਧਿਆਪਕਾਂ ਨੇ ਵੱਖਰੇ ਤਰੀਕੇ ਦੇ ਨਾਲ ਰੋਸ ਮੁਜ਼ਾਹਰਾ ਕਰਦਿਆਂ ਜੂਸ ਦੀ ਰੇੜੀ ਲਾ ਕੇ ਜੂਸ ਵੇਚ ਕੇ ਪ੍ਰਦਰਸ਼ਨ ਕੀਤਾ ਹਰ ਆਉਣ ਜਾਣ ਵਾਲੇ ਨੂੰ ਹੋਕਾ ਦਿੱਤਾ ਕਿ ਇਸ ਰੇੜੀ ਤੇ ਸੂਬੇ ਦੇ ਸਿੱਖਿਆ ਮੰਤਰੀ ਦੇ ਲਈ ਜੂਸ ਬਿਲਕੁਲ ਮੁਫਤ ਹੈ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਕਰਕੇ ਉਹ ਆਪਣੀਆਂ ਪਿਛਲੀਆਂ ਪੱਕੀਆਂ ਨੌਕਰੀਆਂ ਤੋਂ ਵੀ ਹੱਥ ਧੋ ਬੈਠੇ ਨੇ ਸਰਕਾਰੀ ਕਾਲਜਾਂ ਦੇ ਲਈ ਪ੍ਰੋਫੈਸਰਾਂ ਦੀਆਂ ਪੋਸਟਾਂ ਤੇ ਚੁਣੇ ਜਾਣ ਦੇ ਬਾਵਜੂਦ ਉਹਨਾਂ ਨੂੰ ਨੌਕਰੀ ਤੇ ਜੁਆਇਨ ਨਹੀਂ ਕਰਵਾਇਆ ਗਿਆ ਪਿਛਲੀ ਸਰਕਾਰ ਵਲੇ ਅਧਿਆਪਕਾਂ ਦੀ ਭਰਤੀ ਹੋ ਗਈ ਸੀ ਬਾਕੀ ਦੇ ਪ੍ਰੋਫੈਸਰਾਂ ਨੇ ਜੁਆਇਨ ਕਰ ਲਿਆ ਪਰ 400 ਦੇ ਕਰੀਬ ਅਧਿਆਪਕ ਜੁਆਇਨ ਕਰਨ ਤੋਂ ਵਾਂਝੇ ਰਹਿ ਗਏ ਇਸ ਤਰ੍ਹਾਂ ਅਦਾਲਤ ਨੇ ਇਸ ਭਰਤੀ ਨੂੰ ਰੱਦ ਕਰਨ ਦਾ ਹੁਕਮ ਸੁਣਾ ਦਿੱਤਾ ਸਰਕਾਰ ਨੇ ਜੁਆਇਨ ਕਰ ਚੁੱਕੇ ਪ੍ਰੋਫੈਸਰਾਂ ਦੀ ਤਨਖਾਹੀ ਕਰ ਦਿੱਤੀ ਪਰ 400 ਪ੍ਰੋਫੈਸਰਾਂ ਬਾਰੇ ਕੋਈ ਫੈਸਲਾ ਨਹੀਂ ਲਿਆ ਤੇ ਹੁਣੇ ਮੰਗ ਕਰ ਰਹੇ ਨੇ ਕਿ ਸਰਕਾਰ ਇਸ ਫੈਸਲੇ ਦੇ ਖਿਲਾਫ ਡਬਲ ਬੈਂਚ ਕੋਲ ਪਟੀਸ਼ਨ ਦਾਇਰ ਕਰੇ ਹੜਾਂ ਦੀ ਮਾਰ ਵਾਲੇ ਇਲਾਕਿਆਂ ਦੀ ਗੱਲ ਕਰ ਲਈਏ ਤਾਂ ਕਾਫੀ ਪ੍ਰਭਾਵਿਤ ਫਾਜ਼ਿਲਕਾ ਜ਼ਿਲ੍ਹਾ ਹੋਇਆ ਹੈ ਸਰਹੱਦੀ ਖੇਤਰ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਕਰਕੇ ਵੱਡੀ ਗੰਟੀ ਚ ਲੋਕ ਹਾਲੇ ਵੀ ਬੇਕਾਰ ਹੋਏ ਬੈਠੇ ਨੇ ਕੁਝ ਲੋਕ ਪ੍ਰਸ਼ਾਸਨ ਵੱਲੋਂ ਬਣਾਏ ਗੇ ਰਾਹਤ ਕੈਂਪਾਂ ਚ ਰਹਿ ਰਹੇ ਨੇ ਜਦਕਿ ਕੁਝ ਲੋਕ ਪਸ਼ੂਆਂ ਦੇ ਲਈ ਜਗ੍ਹਾ ਨਾ ਮਿਲਣ ਕਰਕੇ ਕਾਵਾਂ ਵਾਲੀ ਨੇੜਲੇ ਬੰਨ ਤੇ ਡੇਰੇ ਲਾ ਕੇ ਬੈਠੇ ਨੇ ਇਹ ਲੋਕ ਹੁਣ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਨੇ ਕਿ ਲੋਕਾਂ ਦੀ ਕੋਈ ਸਾਰ ਸਰਕਾਰ ਨੇ ਨਹੀਂ ਲਈ ਬੇਕਾਰ ਹੋਏ ਲੋਕਾਂ ਦੀ ਕਹਿੰਦੇ ਬਾਤ ਨਹੀਂ ਪੁੱਛੀ ਪਸ਼ੂ ਤੱਕ ਭੁੱਖੇ ਮਰ ਰਹੇ ਨੇ ਨਾ ਤਾਂ ਉਹਨਾਂ ਨੂੰ ਖਾਣ ਲਈ ਰਾਸ਼ਨ ਕੋਈ ਦਿੱਤਾ ਗਿਆ ਤੇ ਨਾ ਹੀ ਪਸ਼ੂਆਂ ਦੇ ਲਈ ਚਾਰੇ ਦਾ ਪ੍ਰਬੰਧ ਸਰਕਾਰ ਨੇ ਕੀਤਾ ਇਸ ਕਰਕੇ ਲੋਕਾਂ ਦੇ ਪਸ਼ੂ ਬਿਨਾਂ ਚਾਰੇ ਤੋਂ ਭੁੱਖੇ ਰਹਿਣ ਨੂੰ ਮਜਬੂਰ ਨੇ ਤੇ ਪਿੰਡ ਕਾਵਾਂ ਵਾਲੀ ਦੇ ਸਰਕਾਰੀ ਸਕੂਲ ਚ ਫਲੱਡ ਕੰਟਰੋਲ ਰੂਮ ਦੇ ਇੱਕ ਕਮਰੇ ਦੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੇ ਪਸ਼ੂ ਭੁੱਖੇ ਰਹਿਣ ਨੂੰ ਮਜਬੂਰ ਨੇ ਉਦਰ ਸੰਯੁਕਤ ਕਿਸਾਨ ਮੋਰਚੇ ਨੇ ਕੱਲ ਚੰਡੀਗੜ੍ਹ ਦੇ ਵਿੱਚ ਬੈਠਕ ਕਰਕੇ 11 ਤੋਂ 13 ਸਤੰਬਰ ਤੱਕ ਰੋਸ ਧਰਨੇ ਦੇਣ ਦਾ ਐਲਾਨ ਕੀਤਾ ਹੈ ਪੰਜਾਬ ਦੇ ਸਾਰੇ ਜ਼ਿਲ੍ਹੇ ਜ਼ਿਲ੍ਹਿਆਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਭਾਜਪਾ ਲੀਡਰਾਂ ਦੇ ਘਰਾਂ ਦੇ ਮੂਹਰੇ ਇਹ ਧਰਨੇ ਦਿੱਤੇ ਜਾਣਗੇ ਕੈਨੇਡਾ ਨੇ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਯਾਨਕੀ ਐਫਟੀਏ ਦੇ ਲਈ ਗੱਲਬਾਤ ਨੂੰ ਰੋਕ ਦਿੱਤਾ ਹੈ ਹੁਣ ਦੋਵੇਂ ਮੁਲਕ ਭਵਿੱਖ ਵਿੱਚ ਆਪਸੀ ਸਹਿਮਤੀ ਨਾਲ ਇਸ ਨੂੰ ਬਹਾਲ ਕਰਨ ਬਾਰੇ ਕੋਈ ਫੈਸਲਾ ਲੈਣਗੇ ਕੈਨੇਡਾ ਦੇ ਪੱਖ ਨੇ ਦੱਸਿਆ ਕਿ ਉਹ ਭਾਰਤ ਕੈਨੇਡਾ ਦਰਮਿਆਨ ਮੁੱਢਲੇ ਪ੍ਰਗਤੀ ਵਪਾਰ ਸਮਝੌਤੇ ਤੇ ਗੱਲਬਾਤ ਨੂੰ ਰੋਕ ਰਹੇ ਨੇ ਇਸ ਨਾਲ ਦੋਵੇਂ ਪੱਖ ਗ ਮਿਖਿਆ ਕਰ ਸਕਣਗੇ